हाँ जी भाई साहब जी, अस्सलामुअलैकुम भाई। वालेकुम सलाम सर, कुछ समान चाहिए सी घर वास्ते। आर्डर आ गया सारा समान घर वास्ते हुंदा? हाँ जी हाँ जी, वो सिलसिला घर लिया नवा इत्थे तुसी? हाँ जी हाँ जी। नहीं मैं देखा माशाल्लाह गड्डी भी नहीं लई है जिते आए हो। हाँ जी गड्डी, बस अल्लाह का करम है जी। अच्छा जी, ते ओ ना समान डेकोरेशन वास्ते कोई? अच्छा लगदा वैरायटी ਤੁਹਾਡੇ ਕੋਲ ਨਾ ਕਾਫੀ ਹੈ। ਹਾਂ ਜੀ ਹਾਂ ਜੀ। ਤੇ ਓਨਰ ਕੌਣ ਨੇ ਦੁਕਾਨ ਦੇ, ਮਾਲਕ ਕੌਣ? ਮਾਲਕ ਅੱਲਾ ਦੀ ਜ਼ਾਤ ਹੈ, ਓਨਰ ਭਾਈ ਬੈਠੇ ਨੇ। ਤੁਸੀਂ ਸਮਾਨ ਖਰੀਦਦਾ ਜਾਂ ਦੁਕਾਨ ਖਰੀਦਣ ਆਏ? ਅੱਛਾ ਤੁਸੀਂ ਮੈਨੇਜਰ ਹੋ? ਹਾਂ ਜੀ। ਆਓ ਆ ਮੈਂ ਤੁਹਾਨੂੰ ਸਮਾਨ ਹੋ। ਆਜੋ ਨਹੀਂ, ਵੈਰਾਈਟੀ ਤਾਂ ਕਾਫੀ ਤੁਹਾਡੇ ਕੋਲ। ਕੀ ਪਸੰਦ ਕਰਨਾ ਤੁਸੀਂ? ਪਾਣੀ ਕਹਿੰਦੇ ਲਾਉਂਦੇ ਜੀ ਇਹਨਾਂ ਨੂੰ, ਤੇ ਬਿਲਕੁਲ ਹਰੇ ਭਰੇ ਹੋਏ ਨੇ ਮਾਸ਼ਾਅੱਲਾ। ਹੈ ਡੈਕੋਰੇਸ਼ਨ ਭਾਈ, ਨੈਚੁਰਲ ਲੱਗ ਰਿਹਾ। ਹਰ ਚੀਜ਼ ਭਾਜੀ ਅੱਜ ਕੱਲ ਫੇਕ ਹੀ ਆ ਗਈ ਜਾਲੀ। ਹੈ ਵਾਹ ਜੀ ਵਾਹ, ਸਿਨਰੀਆ ਤਾਂ ਮਾਸ਼ਾਅੱਲਾ ਬਹੁਤ ਸੋਹਣੀ ਹੈ। ਅਗਰ ਤੁਸੀਂ ਮੈਨੂੰ ਦੱਸ ਦਿੰਦੇ ਨਾ ਪਸੰਦ ਕੀ ਹੈ, ਖਰੀਦਣਾ ਕੀ ਚਾਹੁੰਦੇ ਹੋ, ਮੈਂ ਤੁਹਾਨੂੰ ਉੱਥੇ ਲੈ ਜਾਣਾ ਦੁਕਾਨ। ਅਸਲ ਜਿਹੜਾ ਮਕਾਨ ਲਿਆ ਨਵਾਂ, ਅੱਛਾ ਉਸ ਹਿਸਾਬ ਨਾਲ ਡੈਕੋਰੇਟ ਕਰਨਾ ਇੱਥੇ। ਅੱਛਾ ਡੈਕੋਰੇਸ਼ਨ ਮਕਾਨ ਨੇ? ਹਾਂ ਜੀ ਡੈਕੋਰੇਟ, ਮਤਲਬ ਬੈਡਰੂਮ, ਟੀਵੀ, ਲੌਂਜ, ਕਿਹੜਾ ਡੈਕੋਰੇਸ਼ਨ ਕਰਨਾ? ਸਾਰਾ ਹੀ, ਮਤਲਬ ਕਿ ਓਵਰ ਐਂਡ ਆਲ ਸਾਰਾ ਹੀ। ਖਾਲੀ ਦਿੱਤਾ ਮਕਾਨ ਉਹਨਾਂ ਤੁਹਾਨੂੰ? ਭਾਜੀ ਮਕਾਨ ਖਾਲੀ ਹੁੰਦਾ, ਹੋਰ ਮਤਲਬ ਕਿ ਅਗਲੇ ਵਿੱਚ ਰਾਸ਼ਨ ਵੀ ਪਾ ਕੇ ਦਿੰਦੇ ਨੇ। ਅੱਛਾ ਖਾਲੀ ਸਮਾਨ ਚਾਹੀਦਾ, ਬੱਚੇ ਵੀ ਚਾਹੀਦੇ ਨੇ ਉੱਥੇ? ਹਾਂਜੀ ਕਿਤੇ ਕਿਹਾ ਨਾ, ਕੁਛ ਵੀ ਨਹੀਂ ਹੈ ਅਜੇ। ਅੱਛਾ ਅੱਛਾ, ਬੜੇ ਵੱਡੇ ਵੱਡੇ ਫੁੱਲ ਨੇ ਯਾਰ ਇਹਨਾਂ ਦੀ, ਕੀ ਪਾਉਂਦੇ? ਦੇਸੀ ਕਿਉਂ ਪਾਉਂਦੇ? ਆਰਟੀਫਿਸ਼ੀਅਲ ਨੇ, ਲੇਕਿਨ ਲੱਗਦੇ ਨੈਚੁਰਲ। ਦੇਖੋ ਆਓ। ਹਾਂ ਲੱਗਦੇ ਨੈਚੁਰਲ। ਮੈਂ ਕਿਹਾ ਸਰ ਇਹ ਸਾਰਾ ਸਮਾਨ ਤੁਹਾਨੂੰ ਜਿਹੜਾ ਦਿਖਾ ਰਹੇ ਨਾ, ਹਾਂਜੀ ਟੀਵੀ ਲਾਉਂਜ ਦਾ ਹੈ। ਟੀਵੀ ਲਾਉਂਜ ਦਾ ਸਮਾਨ? ਬੈਡਰੂਮ ਦਾ ਥੱਲੇ ਪਿਆ ਸਮਾਨ। ਨਹੀਂ ਤੇ ਇੱਥੇ ਕਿਉਂ ਪਿਆ? ਤੇ ਟੀਵੀ ਲਾਉਂਜ ਹੋਣਾ ਚਾਹੀਦਾ ਨਾ। ਤੁਸੀਂ ਖਰੀਦਣ ਆਏ ਹੋ, ਅਸੀਂ ਵੇਚਣ ਆਏ। ਅੱਛਾ ਖਰੀਦਣ? ਇਹ ਵੇਖੋ, ਉਹ ਮੈਂ ਕਿਹਾ ਟੀਵੀ ਲਾਉਂਜ ਦਾ ਸਮਾਨ ਇੱਥੇ ਕੀ ਕਰਨ ਦੇ? ਕਰਾਕਰੀ, ਆ ਕਰਾਕਰੀ ਇੱਕ ਨੰਬਰ ਸਰ। ਇੱਕ ਨੰਬਰ ਸਾਰੀ? ਬਿਲਕੁਲ ਸਰ। ਵਾਹ ਹਾਂ ਹਾਂ, ਹੱਥ ਨਹੀਂ ਲਾ, ਹੱਥ ਪਲੀਜ਼। ਹੈ ਹੱਥ ਨਹੀਂ ਲਾ, ਕੀ ਦੁਖਦਾ ਹੈ? ਗਲਾਸ ਹੈ ਨਾ? ਅੱਛਾ ਮੈਂ ਕਿਹਾ ਪਤਾ ਨਹੀਂ ਸੁੱਤਾ ਹੈ ਵੀ ਹੱਥ ਲੈ ਉੱਠ ਪੈਣਾ ਹੈ। ਨਹੀਂ ਸਰ ਗਲਾਸ ਹੈ ਨਾ। ਅੱਛਾ ਗਲਾਸ ਨਹੀਂ, ਗਲਾਸ ਕਦੋਂ ਵੇ? ਤੇ ਗਿਨ ਦਾ ਗਲਾਸ ਏਡਾ ਵੱਡਾ ਗਲਾਸ ਹੁੰਦਾ ਹੈ? ਗਲਾਸ ਤੋਂ ਮਤਲਬ ਕਿ ਕੱਚੇ? ਅੱਛਾ ਕੱਚੇ, ਨਿਸ਼ਾਨ ਪੈਂਦਾ ਹੱਥ ਲਾਈ ਨਾ, ਫਿਰ ਸਾਫ਼ ਕਰਨਾ ਪੈਂਦਾ। ਹਾਂ ਕੱਚ ਕੋ ਆਂਚ ਨਹੀਂ। ਹਾਂ ਕੱਚ ਕੋ ਆਂਚ ਨਹੀਂ। ਹਾਂ ਕੱਚ ਕੋ ਆਂਚ। ਅੱਛਾ ਕਿੰਨੇ ਦਾ ਭਾਜੀ? 2750 ਰੁਪਏ। 2750 ਰੁਪਏ ਲੈਸ ਹੋ ਜਾਏਗੀ ਤੁਹਾਨੂੰ? ਤੇ ਫਿਰ ਇਹ ਮਟੀਰੀਅਲ ਹੋਣਾ ਜੇ ਲੈਸ ਹੋ ਜਾਏਗੀ ਤੇ ਫਿਰ ਜਾਂ 50 ਲਾ ਦਿਓ ਜਾਂ 2 ਲਾ ਦਿਓ। ਸੇਲ ਲਾਈ ਅਸੀਂ। ਅੱਛਾ ਮੈਂ ਸਮਝਿਆ ਦੁਕਾਨ ਲਾਈ, ਤੁਸੀਂ ਤਾਂ ਸੇਲ ਲਾਈ। ਦੁਕਾਨ ਦੇ ਅੰਦਰ ਸੇਲ ਲਾਈ ਹੈ ਸਰ। ਦੁਕਾਨ ਦੇ ਅੰਦਰ ਸੇਲ ਲਾਈ। ਆਓ ਸਰ ਆਓ, ਆ ਵੇਖੋ। ਆਹ ਬੜੇ ਬਰੀਕ ਬਰੀਕ ਜੇ ਸ਼ੂਗਰ ਹੈ ਇਹਨਾਂ। ਹਾਂ ਬਸ। ਅੱਛਾ ਹੱਥ ਨਹੀਂ ਲਾਣਾ ਸਰ, ਮੇਰੀ ਗੱਲ ਸੁਣ ਲਓ। ਅੱਛਾ ਹੱਥ ਵਾਲਾ ਕੋਈ ਨਹੀਂ ਇਹਨਾਂ 'ਚ? ਨਿਸ਼ਾਨ ਪੈ ਜਾਂਦਾ। ਹੈ? ਔਰ ਨਹੀਂ, ਨਿਸ਼ਾਨ ਪੈ ਜਾਂਦਾ, ਸ਼ੇਡ ਰਹਿ ਜਾਂਦਾ ਕੱਚ ਦੇ, ਔਰ ਖਾਸ ਕਰਕੇ ਤੁਸੀਂ ਜਿਹਨੂੰ ਹੱਥ ਲਾਉਣਾ ਨਾ। ਹਾਂਜੀ। ਸਾਨੂੰ ਸਰ ਉਹਨਾਂ ਦੁਬਾਰਾ ਧੋਣਾ ਪੈਣਾ, ਕਸਟਮਰ ਕੰਪਲੇਨ ਕਰਦਾ। ਤੁਸੀਂ ਨਾ ਮੈਨੂੰ ਕੋ ਮੁਜਰਮ ਟਾਈਪ ਆਦਮੀ ਲੱਗ ਰਹੇ ਹੋ, ਕਿਸੇ ਸ਼ਾਇਦ ਨੂੰ ਹੱਥ ਨਹੀਂ ਲਾਉਣਾ, ਨਿਸ਼ਾਨ ਆ ਜਾਣਗੇ, ਫਿੰਗਰ ਪ੍ਰਿੰਟ ਆ ਜਾਣਗੇ, ਇਸ ਤਰ੍ਹਾਂ ਤੇ ਮੈਂ ਤੇ ਚੀਜ਼ ਲੈਣੀ ਘਰ ਵਾਸਤੇ, ਮੈਂ ਕਿਸੇ ਨਾਲ ਪਸੰਦ ਕਰਾਂਗਾ ਜੀ? ਤੁਸੀਂ ਪੁੱਛੋ ਨਾ ਕਿ ਕਿਹੜੀ ਕੀਮਤ ਦੱਸੋ, ਕੋਈ ਸਿਲੈਕਟ ਕਰੋ, ਤੁਹਾਨੂੰ ਵਾ ਦਿੰਦੇ। ਮੈਂ ਕਹਿੰਦਾ ਤੁਹਾਡਾ ਮੂੰਹ ਵੀ ਨਾ ਥੱਕੇ, ਬਾਰ ਬਾਰ ਦੱਸਣ ਲੱਗੇ, ਤੇ ਮੈਂ ਆਪ ਵੀ ਵੇਖ ਲਵਾਂਗਾ। ਹਰ ਇੱਕ ਦੀ ਕੀਮਤ ਲਿਖੀ ਹੈ, ਪੜ੍ਹੇ ਲਿਖੇ ਹੋ? ਹਾਂਜੀ ਹਾਂਜੀ ਹਾਂਜੀ, ਇੱਕ ਲਿਖਿਆ ਨਹੀਂ ਉੱਪਰ। ਅੱਛਾ ਜੀ ਘੜੀਆਂ ਜੀ? ਹਾਂਜੀ ਘੜੀਆਂ ਜੀ। ਵਾਹ ਵਾਹ ਵਾਹ, ਕਿਆ ਬਾਤ ਹੈ ਘੜੀਆਂ ਜੀ। ਅੱਛਾ ਜੀ 850 ਰੁਪਏ ਦੀ? ਜੀ 800 ਰੁਪਏ। ਵਾਹ, ਇਹ 850 ਦੀ ਕਿਉਂ? ਵਿੱਚ 12 ਤੋਂ ਉੱਤੇ ਜਾਂਦੀ? ਸਰ ਦੋ ਨਾਲ ਰਿੰਗ ਵੀ ਨੇ ਨਾ। ਅੱਛਾ ਦੋ ਨਾਲ ਰਿੰਗ ਵੀ ਨੇ, ਡਾਇਮੰਡ। ਅੱਛਾ ਠੀਕ, ਆਰਟੀਫਿਸ਼ੀਅਲ ਨੇ ਲੇਕਿਨ ਲੱਗਦਾ ਹੈ ਜੀ ਜਿਵੇਂ ਡਾਇਮੰਡ ਨੇ। ਡਾਇਮੰਡ ਨੇ? ਆਓ। ਵਾਹ ਜੀ ਵਾਹ, ਸਾਰਾ ਡੈਕੋਰੇਸ਼ਨ ਹੈ ਸਭ ਤੇ। ਇਹ ਕੀ ਮੋਮਬੱਤੀਆਂ? ਹਾਂਜੀ। ਅੱਛਾ ਮੋਮਬੱਤੀ ਟੈਪ ਬਣੀ? ਹਾਂਜੀ, ਤੇ ਵਾਹ ਜੀ ਵਾਹ। ਹਾਂ ਹਾਂ ਹਾਂ, ਜਲਦੀ ਇਹ ਇੰਸਟਾ ਹੀ ਲੱਗਾ ਜਿਵੇਂ ਸ਼ਮਾ ਜਲ ਰਹੀ। ਅੱਛਾ ਲੱਗਦਾ ਹੈ ਜੀ? ਹਾਂਜੀ ਹਾਂਜੀ। ਅੱਛਾ ਨਾਲ ਪਰਵਾਨਾ ਨਹੀਂ ਹੈ ਤੇ ਇਕੱਲੀ ਸ਼ਮਾ ਤਾਂ ਬਹੁਤ ਬੁਰੀ ਲੱਗੇਗੀ ਯਾਰ। ਪਰਵਾਨਾ ਕਿਹੜਾ ਜੀ? ਸ਼ਮਾ ਪਰਵਾਨਾ ਨਹੀਂ ਹੁੰਦੇ ਦੋਵੇਂ? ਅੱਛਾ ਇੱਕ ਹਫ਼ਤਾ ਮੰਨਿਆ, ਤੁਸੀਂ ਪਸੰਦ ਕਰੋ ਪਲੀਜ਼ ਆਓ। ਅੱਛਾ ਜੀ ਸਰ, ਕਸਟਮਰ ਹੋਰ ਵੀ ਨੇ ਪਿੱਛੇ। ਹੈ? ਤੇ ਅਸੀਂ ਡੀਲ ਕਰਾਉਣੀ ਹੁੰਦੀ ਹੈ, ਪਤਾ ਰਸ਼ ਵਾਲਾ ਸਮਾਨ ਹੈ, ਇਹਦੇ 'ਚ ਕੋਈ ਚੀਜ਼ ਟੁੱਟ ਭੱਜ ਜਾਵੇ ਸਾਰਾ ਗਲਾਸ ਦਾ ਕੰਮ। ਤੁਸੀਂ ਪਸੰਦ ਕਰ ਲਓ ਜਲਦੀ, ਕਸਟਮਰ ਹੋਰ ਵੀ। ਅੱਛਾ ਅੱਛਾ, ਜਲਦੀ ਪਸੰਦ ਕਰੋ ਜੀ। ਮੈਂ ਕਰ ਰਿਹਾ ਮਾਇੰਡ ਬਣਾ ਕੇ ਨਹੀਂ ਆਏ ਕਰੋ ਤੁਸੀਂ ਕੀ ਖਰੀਦਣਾ ਕੀ? ਸਰ ਮੈਂ ਮਾਇੰਡ ਬਣਾਇਆ ਤਾਂ ਦੁਕਾਨ 'ਤੇ ਆਇਆ ਨਾ, ਵਰਨਾ ਹੋਰ ਮੈਂ ਅੰਦਾਜ਼ੇ ਨਾਲ ਥੋੜ੍ਹੀ ਆ ਗਿਆ। ਅੱਛਾ ਜੀ, ਇਹ ਮਾਸ਼ਾਅੱਲਾ, ਇਹ ਸੁਰਾਈਟ ਕੀ ਹੈ ਜੀ? ਇਹ ਵੀ ਡੈਕੋਰੇਸ਼ਨ? ਹਾਂਜੀ। ਅੱਛਾ ਜੀ, ਹੱਥ ਨਹੀਂ ਲਾਉਣਾ। ਇਹ ਕਿੰਨੇ ਦਾ ਭਾਜੀ? ਇਹ ਸਰ ਇਹ ਮੇਰਾ ਖਿਆਲ ਹੈ 850 ਦਾ। ਹਾਂ 800 ਰੁਪਇਆ। ਇਹ ਵੀ 850 ਦਾ ਹੀ ਹੈ, ਬੜੀ ਗੱਲ ਹੈ ਯਾਰ। ਹੈ? ਸੇਲ ਹੈ, ਡਿਸਕਾਊਂਟ ਹੈ। ਅੱਛਾ ਡਿਸਕਾਊਂਟ ਹੈ। ਅੱਛਾ ਮੈਂ ਸਮਝਿਆ ਕੁਝ ਹੋਰ ਸੀ। ਇਹ ਵੇਖੋ ਬੜਾ ਸਮਾਨ ਹੈ ਸਰ, ਤੁਸੀਂ ਸਾਰਾ ਡੈਕੋਰੇਸ਼ਨ ਸਰ। ਵਾਹ ਵਾਹ ਵਾਹ, ਕਿਚਨ ਕਿਚਨ ਦਾ ਸਮਾਨ, ਕਿਚਨ ਦਾ ਇੱਕ ਸਾਈਡ ਤੇ ਰੱਖਿਆ ਸੀ। ਅੱਛਾ ਜੀ। ਹਾਂਜੀ। ਵਾਹ, ਆ ਕਿਹੜਾ ਟਾਈਪ ਭਾਜੀ ਬਣਾਇਆ ਜੀ? ਡੈਕੋਰੇਸ਼ਨ ਪੀਸ ਇਹ ਹੈ, ਇਹ 1650 ਰੁਪਏ ਦਾ ਜੀ। ਓਏ ਹੋਏ ਹੋਏ, ਤੇ ਇਹਨਾਂ ਦੇ ਕਿਰਾਇਆ ਨਹੀਂ ਹੈਗਾ ਕਿਲੇ ਦਾ ਜਿੰਨੇ ਤੁਸੀਂ ਇਹ ਤੇ ਰੇਟ ਲਾਤਾ? ਤੇ ਬੱਚੇ ਪਸੰਦ ਕਰਦੇ ਨੇ ਇੱਥੋਂ। 40 ਰੁਪਏ ਲੱਗਦੇ ਹੋ ਅਗਲੇ ਲੈ ਜਾਂਦੇ ਕਿਲੇ ਦੇ, ਉਹ ਲਿਆ ਤਾਂ ਨਹੀਂ ਨਾ ਸਕਦੇ ਤੁਸੀਂ? ਨਹੀਂ, ਤੁਸੀਂ ਜਾਲੀ ਬਣਾ ਕੇ ਇੰਨਾ ਰੇਟ ਲਾਇਆ ਨਾ, 40 ਰੁਪਏ ਲੈਂਦੇ ਕਿਲੇ ਕੇ ਲਾ ਦਿੰਦੇ ਹੋ। ਸਰ ਆ ਪਾ ਕੇ ਦੇਖ। ਅੱਛਾ
ਅਜੇ ਤੱਕ ਤੁਸੀਂ ਕੋਈ ਚੀਜ਼ ਪਸੰਦ ਨਹੀਂ ਕੀਤੀ। ਮੈਂ ਪਹਿਲਾਂ ਹੀ ਦੇਖ ਰਿਹਾ ਨਾ, ਦੇਖੋ ਮੈਂ ਹੁਣ ਆਪਣੇ ਹਿਸਾਬ ਨਾਲ ਲੈਣੀ ਨਾ ਚੀਜ਼, ਘਰ ਦੇ ਹਿਸਾਬ ਨਾਲ। ਲਓ ਜੀ ਇਹ ਭਾਜੀ ਆ ਦੇਖੋ, ਐ ਅੱਛਾ ਲਵ ਲਿਖਿਆ, ਡੈਕੋਰੇਸ਼ਨ ਪੀਸ ਹੈ ਵੀ। ਅੱਛਾ ਵੀ ਡੈਕੋਰੇਸ਼ਨ ਪੀਸ ਹੀ ਵੇਖਣ ਹੀ ਆਇਓ ਤੁਸੀਂ, ਡੈਕੋਰੇਸ਼ਨ ਪੀਸ ਹੀ ਵੇਖੀ ਜਾ ਰਹੇ ਹੋ। ਡੈਕੋਰੇਸ਼ਨ ਔਰ ਸਮਾਨ ਵੀ ਹੈ ਸਰ, ਗਲਾਸਸ ਹੈ, ਕੱਪ ਹੈ, ਕਰਾਕਰੀ ਹੈ, ਕਿਚਨ ਦਾ ਸਮਾਨ ਹੈ, ਬੈਡਰੂਮ ਦਾ ਸਮਾਨ ਹੈ, ਅੱਛਾ ਅੱਛਾ ਕੰਬਲ ਹੈ, ਰਜ਼ਾਈਆਂ ਖਰੀਦਣਾ ਕੀ ਜੇ ਤੁਸੀਂ? ਕੰਬਲ ਵੀ ਹੈ, ਰਜ਼ਾਈਆਂ ਵੀ ਹੈ, ਸਭ ਕੁਝ ਹੈ ਨੀਚੇ। ਬੜੀ ਗੱਲ ਯਾਰ, ਤੁਹਾਨੂੰ ਪਹਿਲੇ ਨਹੀਂ ਠੰਡ ਲੱਗਣ ਲੱਗ ਪਈ? ਹਾਲੇ ਮੌਸਮ ਥੋੜਾ ਦੂਰ ਆ। ਅੱਛਾ ਖੈਰ, ਹਾਏ ਆ ਵੇਖੋ ਨਾ ਬੱਚਿਆਂ ਦੇ ਜ਼ੁਲਮ, ਕਦੋਂ ਦੇ ਖਿਲਾਰੇ ਵਿਚਾਰੇ। ਓਏ ਹੋਏ, ਮਾੜੀ ਗੱਲ ਹੈ ਯਾਰ, ਬੁਰੀ ਬਾਤ, ਖਿਲਾਉਣੇ ਆ ਸਰ ਬੱਚਿਆਂ ਦੇ ਜ਼ੁਲਮ ਕਰਨ ਦੇ। ਅੱਛਾ ਜੀ, ਵਾਹ ਜੀ ਵਾਹ ਜੀ ਸਰ, ਆਇਆ ਸਭਨੇ ਜਲਦੀ ਜਲਦੀ ਹੈ ਜਲਦੀ ਸੀ ਜਲਦੀ ਫੋਨ ਆ ਰਿਹਾ ਕਰੋ, ਕਸਟਮਰ ਬਾਹਰ ਨੇ ਨਾ ਹੋਟਲ, ਤੁਸੀਂ ਪਸੰਦ ਕਰੋ ਮੈਂ ਸਮਾਨ। ਤੂੰ ਤਾਂ ਬਾਹਰ ਨੇ, ਉਹ ਲੈਣਾ ਹੋਇਆ ਅੰਦਰ ਆ ਜਾਣੀ। ਮੈਂ ਸਰਵੇ ਕਰਾਉਣਾ ਹੁੰਦਾ ਸਰ। ਉਹ ਸਰਵੇ ਕਿਹੜਾ, ਪੈਟਰੋਲ ਨਿਕਲਣਾ ਹੈ, ਤੂੰ ਸਰਵੇ ਕਿਹੜਾ ਕਰਾਉਣਾ? ਚੀਜ਼ਾਂ ਦੇ ਨਾਲ ਚੀਜ਼ਾਂ ਚੁੱਕ ਲੈਂਦੇ ਨੇ, ਚੋਰੀ ਹੋ ਜਾਂਦੀ ਚੀਜ਼ਾਂ, ਇਸ ਲਈ ਸਾਨੂੰ ਨਾਲ ਆਉਣਾ ਪੈਂਦਾ। ਅੱਛਾ ਇੱਥੇ ਚੋਰੀ ਹੁੰਦੀ ਹੈ, ਵੇਖ ਕੇ ਨਾਲ ਆਉਣਾ ਪੈਂਦਾ, ਤੁਹਾਡੇ ਨਾਲ ਦੋ ਬੰਦੇ ਉਹਨੇ ਭੇਜੇ ਸੀ, ਮੈਂ ਇਕੱਲਾ ਆਇਆ ਸੀ। ਅੱਛਾ ਜੀ, ਹਾਂਜੀ, ਅੱਛਾ ਜੀ, ਇਹ ਹਾਥੀ ਦਵਾ ਕਰਨ ਡਿਆ ਤਾਂ ਮੂੰਹ ਕਰਨਾ ਵੇਖਣਾ ਤਾਂ ਨਾਲ ਬੱਚੇ ਵੀ ਆ ਆਇਆ ਘਰੋਂ ਕੱਢਦਾ ਇਹਨੂੰ। ਇਹ ਮੁਲਤਾਨੀ ਮਿੱਟੀ ਦਾ ਬਣਿਆ ਸਰ, ਇਹਨੂੰ ਲੱਗਦਾ ਕਿਤੇ ਢੀਠ ਮਿੱਟੀ ਦਾ ਬਣਿਆ। ਨਹੀਂ ਮੁਲਤਾਨੀ ਮਿੱਟੀ ਸਰ, ਇਹ ਸ਼ੀਸ਼ਾ। ਅੱਛਾ ਇਹ ਚੱਲਾ ਕਿੱਥੇ ਜੀ? ਇਹ ਚੱਲਾ ਨਹੀਂ, ਉਹ ਬੱਚਾ ਵੀ ਨਾਲ ਇਹਦਾ ਨਾ। ਹਾਏ ਹਾਏ, ਇਕੱਲਾ ਹੀ ਜਾ ਰਿਹਾ ਵਿਚਾਰਾ ਹੈ। ਵਾਹ ਜੀ ਵਾਹ, ਤਾਂ ਤੁਸੀਂ ਨਾ ਬੇਨਸਲਾ ਜਿਹਾ ਕੰਮ ਕੀਤਾ, ਵਿੱਚ ਹਾਥੀ, ਵਿੱਚ ਘੋੜੇ, ਅਜੀਬ ਜਿਹਾ ਜੰਗਲ ਆਏ ਹੈ ਨਾ। ਪਰ ਸ਼ਾਪ ਇਹ ਕਦੋਂ ਚਿੜੀਆ ਘਰ ਹੈ ਕਿ ਅਸੀਂ ਜਾਨਵਰ ਲੈ ਲਿਆ, ਘੋੜੇ ਲੈ ਲਿਆ, ਹਾਥੀ ਲੈ ਲਿਆ, ਸ਼ਾਪ ਇਹ ਜਾਂ। ਓਏ ਹੋਏ ਹੋਏ, ਹਮਦਾਨੀ ਸਾਹਿਬ ਖਰੀਦਣਾ ਕੀ ਜੇ? ਅੱਛਾ ਜੀ ਭਾਜੀ, ਵਾਹ ਜੀ ਵਾਹ, ਉਹ ਇਹਨੇ ਬੜਾ ਮੂੰਹ ਚੁੱਕਿਆ ਗਰਾਰੇ ਕਰਨ ਡਿਆ। ਅੱਛਾ ਵੈਸੇ ਹੀ ਹੈ, ਉਹਨਾਂ ਨੇ ਕਦੀ ਊਂਠ ਦਾ ਮੂੰਹ ਤੁਸੀਂ ਥੱਲੇ ਵੇਖਿਆ? ਨਹੀਂ ਵੈਸੇ ਮੈਂ ਕਿਹਾ ਬੜਾ। ਅੱਛਾ ਜੀ ਆਹ ਘੋੜੇ ਜੀ? ਹਾਂਜੀ, ਇਹ ਬਗਲਾ ਲਵਾਉਣ ਡੇ ਭਾਜੀ? ਘੋੜਾ ਹਮੇਸ਼ਾ ਇਹ ਘੋੜੀਆਂ ਨੇ ਡਾਂਸ ਕਰਦੇ ਦੀ ਪਿਕਚਰ ਆਈ। ਅੱਛਾ ਚੱਲੇ ਨਾ ਮੁਲਤਾਨੀ ਮਿੱਟੀ। ਅੱਛਾ ਮੈਂ ਕਿਹਾ ਪਤਾ ਨਹੀਂ ਚੱਲੇ ਨੀ ਕਿਤੇ, ਤਿਆਰੀ ਉਹੀ ਉਹਨਾਂ ਦੀ ਹੈ ਨਾ ਬੜੇ। ਮੈਂ ਕਿਹਾ ਪਤਾ ਨਹੀਂ ਕਾਹਦੀਆਂ ਖੁਸ਼ੀਆਂ ਪਾ ਵੀ ਨਹੀਂ ਜ਼ਮੀਨ ਤੇ ਲੱਗਣ ਰਹੇ ਹੈ। ਵਾਹ ਜੀ ਵਾਹ, ਕੱਪ ਜੀ ਸਰ ਜੀ, ਵਾਹ ਜੀ ਵਾਹ, ਦੇਖੋ ਨਾ ਕੱਪ ਕੀ ਸਰ, ਹੱਥ ਲਾ ਲਓ ਮੂੰਹ ਨਾਲ ਯਾਰ, ਸੇਲ ਕਰਨੇ ਨੇ ਹੋਰ ਪੈਰ ਨਾਲ ਚੈੱਕ ਕਰੀ ਤੇ ਯਾਰ, ਇਹ ਹੱਥ ਨਾਲ ਚੈੱਕ ਹੋਣਾ, ਮੂੰਹ ਨਾਲ ਲਾ ਕੇ ਕੀ ਕਰਨਾ ਚਾਹੀਦਾ? ਮੈਂ ਨਾ ਚੈੱਕ ਕਰ ਰਿਹਾ ਸਾਂ, ਅਗਰ ਸਰਦੀ ਹੈ ਮੈਂ ਵੇਖ ਰਿਹਾ ਸਾਂ ਵੀ ਠੰਡਾ ਤਾਂ ਨਹੀਂ ਲੱਗ, ਨਹੀਂ ਠੰਡਾ ਨਹੀਂ ਲੱਗਦਾ, ਠੰਡਾ ਵੀ ਹੋ ਜਾਵੇ ਤੁਸੀਂ ਇਹਦੇ ਚਾਹ ਪਾਓਗੇ ਨਾ ਗਰਮ ਹੋ ਜਾਏ। ਅੱਛਾ ਅੱਛਾ, ਨਹੀਂ ਉਹ ਠੰਡ ਹੈ ਨਾ, ਮੈਂ ਕਿਹਾ ਉਹ ਕੱਪ ਠੰਡਾ ਲੱਗਦਾ ਹੁੰਦਾ। ਇਹ ਦਰਜਨ ਨਾ ਭਾਜੀ 650 ਰੁਪਏ ਦੀ, 650 ਰੁਪਏ ਦੇ 12 12 12 ਬੜੀ ਗੱਲ ਹੈ ਯਾਰ, ਸਸਤੇ ਹੀ ਹੈ ਸਰ। ਅਸੀਂ ਸੇਲ ਆਈ ਕਦੀ ਇੱਡੀ ਮਹਿੰਗੀ ਚੀਜ਼ ਵੇਚੀ ਨਹੀਂ, ਸਾਨੂੰ ਪਤਾ ਇੱਥੇ ਗਰੀਬਾਂ ਮਸਕੀਨਾਂ ਨੇ ਆਉਣਾ ਹੁੰਦਾ, ਇਸੇ ਲਈ ਫੈਸਲਾ। ਨਹੀਂ ਮੈਂ ਫਿਰ ਗਲਤ ਨਹੀਂ ਆ ਗਿਆ, ਇੱਥੇ ਗਰੀਬਾਂ ਮਸਕੀਨਾਂ ਨੇ ਆਉਣਾ ਹੁੰਦਾ। ਨਹੀਂ ਤੁਸੀਂ ਤਾਂ ਸਰ ਮਾਸ਼ਾਅੱਲਾ ਸੇਲ ਹਾਂ, ਤੁਹਾਡੇ ਲਈ ਪਿੱਛੇ ਕਰਾਂਗੇ ਐਸੀ ਪਿਆਰੀ ਜੀ, ਦੁਕਾਨ ਇੱਕ ਲੰਗਰ ਖਾਨਾ ਤੁਹਾਡਾ, ਇਹ ਗਰੀਬਾਂ ਮਸਕੀਨਾਂ ਨੇ ਆਉਣਾ ਹੁੰਦਾ, ਲੰਗਰ ਹੀ ਚੱਲਦਾ ਜਨਾਬ ਬੱਚਿਆਂ ਦਾ, ਕਿਚਨ ਦੀ ਵੈਰਾਈਟੀ। ਐ ਭਾਜੀ ਇਹ ਕੀ ਹੈਗੇ, ਇਹ ਕੀ ਉਹਨੂੰ ਕਹਿੰਦੇ ਆਪਣਾ? ਹਾਂਜੀ ਸਰ, ਇਹਨੂੰ ਕਹਿੰਦੇ ਤੇ ਫਰਾਈ ਪੈਨ ਵੀ ਹੈ, ਉਹਨੇ ਲੇਕਿਨ ਛੋਟਾ ਪਤੀਲਾ ਕਹਿੰਦੇ ਨੇ, ਨੌਨ ਸਟਿਕ ਹੈ ਨਾ? ਨੌਨ ਸਟਿਕ, ਹਾਂਜੀ, ਲੇਕਿਨ ਨੌਨ ਨਹੀਂ ਹੈ ਤੇ ਇੱਕ ਸਟਿਕ ਨਹੀਂ, ਨੌਨ ਗਲੋ ਨੌਨ ਸਟਿਕ, ਇਹਦੀ ਕੁਆਲਿਟੀ ਹੈ ਸਰ। ਅੱਛਾ ਕੁਆਲਿਟੀ ਇਹਦੀ, ਕੁਆਲਿਟੀ ਇਹਦੀ ਹੈ ਕਿ ਸਰ ਇਹਦੇ ਥੱਲੇ ਕੁਛ ਚੀਨ ਲੱਗਦੀ ਨਹੀਂ, ਰੋਟ ਜਿਵੇਂ ਸਾਲਨ ਦਾਲ ਕੁਛ ਵੀ ਪਕਾਉ ਨਾ ਥੱਲੇ ਲੱਗ ਜਾਂਦਾ, ਇਹਦੇ ਥੱਲੇ ਲੱਗਦੀ ਨਹੀਂ ਚੀਜ਼, ਇਹਦੀ ਕੁਆਲਿਟੀ ਹੈ, ਚੀਜ਼ ਨਹੀਂ ਲੱਗਦੀ, ਬਿਲਕੁਲ ਨਹੀਂ ਲੱਗਦੀ ਭਾਈ ਜੀ। ਉਹ ਦਿਓ ਦੇ ਨਾ ਕੋਈ ਥੱਲੇ ਚੀਜ਼ ਲੱਗ ਜਾਂਦੀ, ਅਸੀਂ ਤੇ ਆਪ ਥੱਲੇ ਲੱਗੇ, ਗੱਲ ਨਹੀਂ ਸਮਝ, ਤੇ ਬੰਦਾ ਥੱਲੇ ਲੱਗਾ ਤੇ ਕੋਈ ਗੱਲ ਨਹੀਂ। ਸਰ ਫਿਰ ਸਿਲਵਰ ਦੇ ਨੇ ਥੱਲੇ, ਬਿਲਕੁਲ ਥੱਲੇ ਲੱਗੇ, ਉਹੀ ਮੈਂ ਕਿਹਾ ਚੀਜ਼ ਥੱਲੇ ਲੱਗ, ਚੀਜ਼ ਸੜ ਜਾਂਦੀ ਅਸਲ 'ਚ ਨਾ, ਚੀਜ਼ ਥੱਲੇ ਨਾ ਨਾ ਲੱਗੇ ਤੇ ਉਹ ਸਮੈਲ ਨਹੀਂ ਆਉਂਦੀ, ਪਤਾ ਨਹੀਂ ਲੱਗਦਾ ਕੁਛ ਪਕੜ ਲਿਆ, ਇਸ ਤਰ੍ਹਾਂ ਪਤਾ ਲੱਗਦਾ ਬਲੈਕ ਹੋ ਜਾਂਦੀ ਬੰਦਾ, ਇੱਕ ਖੂਬਸੂਰਤ ਬੰਦਾ ਰੰਗ ਚਿੱਟਾ ਹੁੰਦਾ ਲੋਕ ਪਸੰਦ ਕਰਦੇ, ਇੱਕ ਬੰਦੇ ਦਾ ਲੱਗ ਕੇ ਥੱਲੇ ਲਾ ਕੇ ਉਹਦੀ ਰੰਗ ਹੀ ਕਾਲਾ ਸਿਆ ਹੋ ਜਾਂਦਾ, ਬੰਦੇ ਫਿਰ ਪਸੰਦ ਨਹੀਂ ਕਰਦੇ, ਬੁਰਾ ਲੱਗਦਾ। ਅੱਛਾ ਪ੍ਰੈਸ਼ਰ ਹੈ ਕੁੱਕਰ ਕਿੰਨੇ ਦਾ ਜੀ? ਜਿਹੜਾ ਮੈਂ ਪ੍ਰੈਸ਼ਰ ਪਾਇਆ ਤੁਸੀਂ ਉਹ ਨਹੀਂ ਸਮਝਦੇ, ਇਹ ਪ੍ਰੈਸ਼ਰ ਕੁੱਕਰ ਜਨਾਬ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ, ਸੀਟੀ ਵੀ ਬਿਲਕੁਲ ਸਲੋ ਔਰ ਪ੍ਰੈਸ਼ਰ 100%। ਨਹੀਂ ਪਾਕਿਸਤਾਨ ਦੇ ਸਲੋ ਸੀਟੀ ਦਾ ਰਿਵਾਜ ਹੀ ਨਹੀਂ ਭਾਜੀ, ਜਿੰਨੀ ਮਰਜ਼ੀ ਆ ਵੇਖਿਆ ਨਹੀਂ ਵਾਰਡਨ ਵਿਚਾਰੇ ਸੀਟੀਆਂ ਮਾਰ ਮਾਰ ਪਾਗਲ ਹੋ ਗਏ, ਕੋਈ ਬੰਦਾ ਗੱਲ ਹੀ ਨਹੀਂ ਮੰਨਦਾ ਇਹ। ਅੱਛਾ ਇਹ ਤਾਂ ਪ੍ਰੈਸ਼ਰ ਬਹੁਤ ਆ ਜੀ ਇਹਦਾ? ਹਾਂਜੀ ਇਹਦਾ ਪ੍ਰੈਸ਼ਰ, ਲੇਕਿਨ ਕੋਈ ਘੱਟ ਪ੍ਰੈਸ਼ਰ ਵਾਲਾ ਦਿਓ, ਕਿਉਂਕਿ ਮੇਰੀ ਬੁੱਢੀ ਦਾ ਮੇਰੇ 'ਤੇ ਬੜਾ ਪ੍ਰੈਸ਼ਰ ਹੈ, ਅਤੇ ਮੈਂ ਘਰ 'ਚ ਨਾ ਹੋਰ ਪ੍ਰੈਸ਼ਰ ਰੱਖਣਾ ਨਹੀਂ ਚਾਹੁੰਦਾ। ਨਹੀਂ ਉਹ ਤੁਹਾਡੇ ਜੇ 'ਚ ਰੰਗ ਦਾ ਪਤਾ ਲੱਗਾ, ਤੁਹਾਡੇ 'ਤੇ ਕਾਫੀ ਪ੍ਰੈਸ਼ਰ ਹੈ, ਪ੍ਰੈਸ਼ਰ ਨਾਲ ਹੀ ਚੀਜ਼ ਗੱਲਦੀ ਹੈ ਜਨਾਬ। ਅਤੇ ਇਹ ਛੋਟਾ ਜਿਹਾ ਪ੍ਰੈਸ਼ਰ, ਇੱਕ ਗਰੀਬ ਘਰ ਰਾਸੇ ਹੁੰਦਾ, ਮਤਲਬ ਕਿ ਥੋੜ੍ਹਾ ਜਿਹਾ ਪਕਾ ਲਓ। ਹਮਦਾਨੀ ਸਾਹਿਬ ਮੈਂ ਮਾਫੀ ਚਾਹੁੰਦਾ, ਮੈਂ ਤੁਹਾਨੂੰ ਕਿੰਨਾ ਸਰਵੇ ਕਰਾਤਾ। ਹਾਂਜੀ ਪਲੀਜ਼ ਆਪ ਕੁਛ ਖਰੀਦ ਵੀ ਲਓ, ਦੁਕਾਨਦਾਰੀ ਦਾ ਟਾਈਮ ਹੋਦਾ। ਨਹੀਂ ਮੈਂ ਸੋਚਦਾ ਸਰਵੇ ਕਰ ਰਿਹਾ ਚੀਜ਼ਾਂ ਦਾ ਵੀ ਕਿਹੜੀ ਕਿਹੜੀ ਲੈਣੀ, ਮਤਲਬ ਕਿੰਨੇ। ਸਰਵੇ ਨੂੰ ਛੱਡੋ ਤੁਸੀਂ ਸਰ, ਪਲੀਜ਼ ਖਰੀਦੋ ਕੋਈ ਚੀਜ਼, ਸਾਡਾ ਟਾਈਮ ਜ਼ਾਇਆ ਹੋ ਰਿਹਾ, ਆਓ 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 ਖਰੀਦੋ। ਅੱਛਾ ਜੀ, ਹਾਂ ਚਲੋ ਚਲੋ। ਅੱਛਾ ਅੱਛਾ, ਇਹਦੇ ਨਾਲ
ਤੁਸੀਂ ਕੋਈ ਚੀਜ਼ ਖਰੀਦਣੀ ਹੈ ਜਾਂ ਟਾਈਮ ਜ਼ਾਇਆ ਕਰਨਾ ਆਪਣੀ ਚੁਆਇਸ ਦੱਸੋ ਕੀ ਚੀਜ਼ ਖਰੀਦਣ ਕੀ ਆਇਆ ਕਰੋ ਪੁੱਛ ਲਓ ਕਰੋ ਮੈਂ ਸਾਰਾ ਸਮਾਨ ਭਾਜੀ ਮਕਾਨ ਨਵਾਂ ਲਿਆ ਨਾ ਤੁਸੀਂ ਇਹ ਤੁਹਾਨੂੰ ਨਹੀਂ ਪਤਾ ਲੱਗਾ ਹੋਗਾ ਆਹ ਭਾਜੀ ਹਾਂਜੀ ਅਗਲਾ ਆਓ ਤੁਸੀਂ ਆਓ ਸਰ ਆਪਨੇ ਖਰੀਦਣਾ ਕੀ ਹੈ ਉਹੀ ਮੈਂ ਵੇਖ ਰਿਹਾ ਨਾ ਉਹਨੇ ਸਮਾਨ ਮੈਂ ਆਪਕੋ ਸਾਰੀ ਵੈਰਾਈਟੀ ਦਿਖਾ ਦੀ ਹਾਂਜੀ ਸਟਾਕ ਮੈਂ ਦਿਖਾ ਦੀ ਹਾਂਜੀ ਹਾਂਜੀ ਸਿਲਵਰ ਮੈਂ ਦਿਖਾ ਦੀ ਮਿੱਟੀ ਮੈਂ ਦਿਖਾ ਦੀ ਆਪਨੇ ਚੀਜ਼ ਖਰੀਦਣੀ ਕੀ ਹੈ ਹਾਲੇ ਮੈਂ ਸਮਾਨ ਵੇਖ ਰਿਹਾ ਨਾ ਮੈਂ ਤੁਹਾਨੂੰ ਦੱਸ ਦੇਣਾ ਮੈਂ ਲੈਣਾ ਦਿਖਾ ਹੀ ਮੈਂ ਕੀ ਗੱਲ ਆਖਰ ਲੈਣੇ ਘਰ ਨੂੰ ਨਵਾਂ ਲੈ ਬੈਠੇ ਚਲੇ ਇਹ ਸਾਰੇ ਸਮਾਨ ਮੈਂ ਆਪਕੋ ਕੁਝ ਨਹੀਂ ਪਸੰਦ ਆਇਆ ਪਰ ਸਾਹਮਣੇ ਵੇਖ ਨਹੀਂ ਰਿਹਾ ਇਹ ਸਾਰਾ ਵੇਖ ਰਿਹਾ ਨਾ ਕੀ ਪਸੰਦ ਆਇਆ ਪਸੰਦ ਤਾਂ ਮੈਨੂੰ ਸਾਰਾ ਕੁਝ ਹੀ ਅੱਛਾ ਪਲਾਸਟਿਕ ਦੀ ਕੋਈ ਚੀਜ਼ ਵੈਰਾਈਟੀ ਪਈ ਤੁਹਾਡੇ ਕੋਲ ਜਦੋਂ ਤੁਸੀਂ ਐਂਟਰ ਹੋਏ ਸੋ ਮੈਂ ਕਿਹਾ ਸੀ ਪਲਾਸਟਿਕ ਦੀ ਚੀਜ਼ ਖਰੀਦਣੀ ਹੈ ਜਾਂ ਡੈਕੋਰੇਸ਼ਨ ਤੁਸੀਂ ਕਿਹਾ ਡੈਕੋਰੇਸ਼ਨ ਪਲਾਸਟਿਕ ਨੀਚੇ ਆ ਹਰ ਵੈਰਾਈਟੀ ਆ ਪਲਾਸਟਿਕ ਮੈਂ ਤਾਂ ਪਲਾਸਟਿਕ ਸ਼ੁਰੂ ਤੋਂ ਨੀਚੇ ਰਹੀ ਵਿਚਾਰੀ ਉੱਤੇ ਆਈ ਨਹੀਂ ਮੈਂ ਦੋ ਤਿੰਨ ਵਾਰੀ ਕਾਰੋਬਾਰ ਵੀ ਕਰਨ ਦੀ ਕੋਸ਼ਿਸ਼ ਕੀਤੀ ਪਲਾਸਟਿਕ ਉੱਤੇ ਆਈ ਨਹੀਂ ਤੁਸੀਂ ਕੋਈ ਸਾਇੰਸਦਾਨ ਦੇ ਆਦਮੀ ਮੈਨੂੰ ਲੱਗੇ ਹੋ ਗੱਲਾਂ ਕਰਦੇ ਜੀ ਪਲਾਸਟਿਕ ਨੀਚੇ ਕੋੜਾ ਨਹੀਂ ਕਿਉਂ ਲੱਤਾਂ ਚੁੱਕੀਆਂ ਨੇ ਇਹ ਕਿ ਦੌੜਦਾ ਇਹ ਗਲਾਸ ਪਲਾਸਟਿਕ ਨੀਚੇ ਆ ਪਲਾਸਟਿਕ ਨੀਚੇ ਹਾਂ ਪਲਾਸਟਿਕ ਉੱਪਰ ਅਕਰੀ ਉੱਪਰ ਆ ਜਾਏਗਾ ਤੁਸੀਂ ਨੇ ਮੈਨੂੰ ਪਲਾਸਟਿਕ ਦੀ ਵੈਰਾਈਟੀ ਵਿਖਾਓ ਜਰਾ ਆਉਣਾ ਤੁਸੀਂ ਸਰ ਆਓ ਪਲੀਜ਼ ਆਓ ਪਲਾਸਟਿਕ ਤੇ ਵਿਖਾਓ ਨਾ ਮੈਨੂੰ ਹਾਂ ਹੁਣ ਕੋਈ ਚੀਜ਼ ਪਸੰਦ ਕਰਨੀ ਜੇ ਮੈਂ ਤੁਹਾਨੂੰ ਆਖਰੀ ਦਫਾ ਕਹਿ ਰਿਹਾ ਮਾਲਕਾਂ ਨੂੰ ਮੈਨੂੰ ਫੋਨ ਆਈ ਜਾਂਦੇ ਆਓ ਜਾਓ ਇੱਧਰ ਆਓ ਇੱਧਰ ਆਓ ਅੱਛਾ ਜੀ ਮੈਂ ਇੱਧਰ ਨਿਕਲ ਆਓ ਆਓ ਕੀ ਮੁਸੀਬਤ ਆ ਗਈ ਯਾਰ ਸਭ ਤੁਸੀਂ ਪਲਾਸਟਿਕ ਦਾ ਕਹਿ ਰਿਹਾ ਹਾਂਜੀ ਆਖਰੀ ਪਲਾਸਟਿਕ ਵੀ ਤੁਹਾਨੂੰ ਵਿਖਾਤਾ ਹੁਣ ਦੱਸੋ ਕੀ ਚਾਹੀਦਾ ਇਹ ਡਿਨਰ ਸੈਟ ਹੈ ਜੀ ਸਾਰੇ ਡਿਨਰ ਸੈਟ ਹੀ ਸੀ ਕਹਤੇ ਅੱਛਾ ਇਹ ਕਿੰਨੇ ਕਿੰਨੇ ਹੁੰਦੇ ਜੀ ਇਹਦੇ ਵਿੱਚ ਇਹ ਸਾਰਾ ਕੀ ਹਿਸਾਬ ਇਹ ਚ ਤਿੰਨ ਡੋਂਗੇ ਵੱਡੇ ਤਿੰਨ ਡੋਂਗੇ ਛੋਟੇ 6 ਡਿਸ਼ਾਂ 6 ਵੱਡੀਆਂ ਪਲੇਟਾਂ 6 ਛੋਟੀਆਂ ਪਲੇਟਾਂ 6 ਚਮਚ ਪੂਰਾ ਸੈੱਟ ਹੁੰਦਾ ਜਨਾਬ ਨਹੀਂ ਨਹੀਂ ਇਹਨਾਂ ਦੇ ਖਾਣਾ ਸਾਡੇ ਘਰ ਬਣਦਾ ਹੀ ਨਹੀਂ ਸਾਡੇ ਦਾ ਖਾਣੇ ਨਾਲ ਕੋਈ ਗੱਲ ਨਹੀਂ ਹੁੰਦੀ ਮਹਿਮਾਨ ਆ ਜਾਂਦੇ ਨੇ ਮਹਿਮਾਨ 4 ਬੰਦੇ ਆ ਟੋਟਲ ਇਹਨਾਂ ਦੇ ਖਾਣਾ ਨਹੀਂ ਬਣਦਾ ਵੀ 6 ਪਲੇਟਾਂ ਲੈ ਲਓ 12 ਪੂਰਾ ਸੈੱਟ ਵੇਚਦੇ ਆ ਡਿਨਰ ਸੈੱਟ ਦਾ ਮਤਲਬ ਹੁੰਦਾ ਪੂਰਾ ਸੈੱਟ ਮਹਿਮਾਨ ਨਹੀਂ ਆਏ ਤੁਹਾਡੇ ਘਰ ਦੇ ਨਹੀਂ ਤੇ ਉਹਦੇ ਕੋ ਭਾਂਡੇ ਵੇਲੇ ਪੈ ਜਾਣਗੇ ਬੁਰੀ ਬਾਤ ਨਹੀਂ ਜਦੋਂ ਇਸਤੇਮਾਲ ਹੀ ਨਹੀਂ ਹੋਣੇ ਮੈਂ ਇਹਨੇ ਕਿਉਂ ਲੈਣੇ ਭਾਜੀ ਤੁਸੀਂ ਆ ਗਏ ਹੋ ਤੁਮ ਘਰ ਦੱਸ ਕੇ ਮੈਂ ਨਹੀਂ ਆਉਣਾ ਜੀ ਹਾਂ ਟਾਈਮ ਜ਼ਾਇਆ ਕਰਨ ਤੇ ਸਾਡਾ ਕਿੰਨਾ ਟਾਈਮ ਅਸੀਂ ਜ਼ਾਇਆ ਕਰ ਦਿੱਤਾ ਘਰ ਵਾਪਸ ਜਾਣਾ ਤੁਸੀਂ ਉਹ ਜਾਣਾ ਯਾਰ ਘਰ ਤੁਹਾਨੂੰ ਘਰ ਵੀ ਕੰਮ ਹੈ ਭਾਜੀ ਮੈਂ ਜਾਣਾ ਕਿਉਂ ਗੱਡੀ ਖਰੀ ਰੋਡ ਦੇ ਤੁਹਾਡੀ ਗੱਡੀ ਵੀ ਨੁਕਸਾਨ ਹੋ ਜਾ ਤੁਸੀਂ ਘਰ ਜਾਣਾ ਚਾਹੁੰਦੇ ਹੋ ਨਾ ਤੇ ਕੋਈ ਚੀਜ਼ ਖਰੀਦ ਲਓ ਸਰ ਪਲੀਜ਼ ਉਹ ਮੈਂ ਲੈਣਾ ਯਾਰ ਕੁਝ ਲੈਓ ਤੇ ਫੇਰ ਹੀ ਆਣਾ ਮੈਂ ਵੇਖ ਰਿਹਾ ਜੀ ਬਲੱਡ ਪ੍ਰੈਸ਼ਰ ਆਈ ਹੋ ਗਿਆ ਪਲੀਜ਼ ਹਰ ਇੱਕ ਚੀਜ਼ ਦੀ ਕੀਮਤ ਪੁੱਛੀ ਜਾਂਦੇ ਤੁਸੀਂ ਐਕਸਾਈਜ਼ ਵਾਲੇ ਜਾਂ ਇਨਕਮ ਟੈਕਸ ਵਾਲੇ ਕੋਈ ਚੀਜ਼ ਖਰੀਦੋ ਤੇ ਸਹੀ ਨਹੀਂ ਤੁਹਾਨੂੰ ਪਤਾ ਤੁਹਾਡਾ ਬੀਪੀ ਸ਼ੂਟ ਹੁੰਦਾ ਤੇ ਇਹਦਾ ਬੜਾ ਕਾਰੋਬਾਰ ਨਹੀਂ ਕਰੀਂਦੇ ਕਿ ਜੇ ਕਾਰੋਬਾਰ ਕਰਕੇ ਬੈਠੋ ਤਾਂ ਕਿ ਉਹ ਸਾਹਬ ਦਾ ਬੀਪੀ ਸ਼ੂਟ ਹੋਵੇ ਨਾ ਤੁਹਾਡਾ ਮੈਂ ਹੁਣ ਆ ਬਾਅਦ 2 ਕੌਲੀਆਂ 2 ਗਲਾਸ ਲਾ ਕੇ ਬਹਿ ਜਾਣਾ ਕਿੰਨੀਆਂ 2 ਕੌਲੀਆਂ 2 ਗਲਾਸ ਹਾਂ ਡਿਸਪਲੇ ਲਾਉਣਾ ਭਾਵੇਂ ਮਾੜਾ ਮੋਟਾ ਲਾ ਲਓ ਆਓ ਤੁਸੀਂ ਮੇਰੇ ਨਾਲ ਮਕਾਨ ਤੁਸੀਂ ਖਰੀਦ ਰਿਹਾ ਹੈ ਮਕਾਨ ਦੇ ਰੱਖਣ ਦੀਆਂ ਚੀਜ਼ਾਂ ਨਹੀਂ ਖਰੀਦ ਰਿਹਾ ਰੇਟ ਨਹੀਂ ਪੁੱਛਣਾ ਖਾਲੀ ਅੱਛਾ 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 ਤੁਹਾਨੂੰ 20% ਡਿਸਕਾਊਂਟ ਦੇ ਦਾਂਗੇ ਚੀਜ਼ ਖਰੀਦਣੀ ਜੇ ਪਲੀਜ਼ ਸਮਝ ਆਈ ਚੀਜ਼ ਖਰੀਦਣੀ ਜੇ ਆਹੋ ਆ ਗਈ ਮੈਂ ਕਿਹਾ ਨਾ ਮੇਰਾ ਬਲੱਡ ਪ੍ਰੈਸ਼ਰ ਆਈ ਏ 200 ਤੱਕ ਪਹੁੰਚ ਗਿਆ ਜੀ ਕਿੰਨੇ ਤੱਕ ਆਓ ਥੱਲੇ ਕੋ ਰੇਟ ਘਟਾਓ ਬਲੱਡ ਪ੍ਰੈਸ਼ਰ ਦਾ 200 ਹਾਂਜੀ ਅੱਛਾ ਜੀ ਇਹ ਆਪਣਾ ਘੜੀਆਂ ਇਹ ਕਿਹੜਾ ਟਾਈਮ ਦੱਸਦੀਆਂ ਇਹ ਮੌਤ ਦਾ ਟਾਈਮ ਦੱਸਦੀਆਂ ਠੀਕ ਹੈ ਨਾ ਮੌਤ ਦਾ ਟਾਈਮ ਆਉਣ ਵਾਲਾ ਲੜਾਈ ਦਾ ਟਾਈਮ ਆਉਣ ਵਾਲਾ ਆਓ ਤੁਸੀਂ ਮਨੂਸ ਗੱਲਾਂ ਕਰ ਰਹੇ ਹੋ ਯਾਰ ਕਸਮ ਜਿਹਨ ਤੂੰ ਮੰਨਣਾ ਪਿਆਰ ਕਰਨਾ ਤੈਨੂੰ ਲਾਈਕ ਕਰਨਾ ਜਿਹਦੀ ਖਾਤਰ ਤੂੰ ਸਭ ਕੁਛ ਕਰ ਸਕਦਾ ਉਹਦੀ ਖਾਤਰ ਕੋਈ ਚੀਜ਼ ਖਰੀਦਣੀ ਜੀ ਮੇਰਾ ਵੀ ਸਾਡੇ ਕੀ ਹੋ ਗਿਆ ਯਾਰ ਮੇਰਾ ਅੱਲਾ ਦੀ ਕਸਮ ਇਹਦੇ ਚ ਕਮਿਸ਼ਨ ਹੁੰਦਾ ਏ ਕਿਹਦੇ ਚ ਇਹ ਚੀਜ਼ਾਂ ਜਿਹੜੀਆਂ ਮੈਂ ਸ਼ੇਅਰ ਕਰਾਉਂਦਾ ਵਾਂ ਇਹਨੇ ਚੱਕਰ ਦੇ ਵਿੱਚ ਮੇਰਾ 500-700 ਰੁਪਇਆ ਬਣ ਜਾਣਾ ਸੀ ਮੈਨੂੰ ਬਾਹਰੋਂ ਕਮਿਸ਼ਨ ਮਿਲਣਾ ਸੀ ਨਾ ਤੁਸੀਂ ਕੋਈ ਖਰੀਦੀ ਨਾ ਹੋਰ ਨਾ ਮੇਰਾ ਕਮਿਸ਼ਨ ਬਣਿਆ ਤੁਸੀਂ ਫਿੱਟੋ ਰਹੇ ਹੋ ਨਾ ਤੁਹਾਡਾ ਕਮਿਸ਼ਨ ਬਣ ਰਿਹਾ ਤੁਹਾਡਾ ਮੀਟਰ ਚੱਲ ਰਿਹਾ ਤੁਹਾਨੂੰ ਕਦੀ ਟੈਨਸ਼ਨ ਖਰੀਦਣੀ ਚੱਲ ਅੱਛਾ ਇੱਧਰ ਆ ਇੱਧਰ ਅੱਛਾ ਅਬੇ ਐ ਟੱਕੇ ਦੇ ਨਾ ਮਾਰ ਤੇਰੇ ਕੋਈ ਯਾਰ ਕਸਟਮਰ ਆਇਆ ਮਾਰੇ ਦੇ ਕੋਈ ਯਾਰ ਕਸਟਮਰ ਇਸ ਦਾ ਕਸਟਮਰ ਮੈਂ ਵੇਖਿਆ ਕਦੀ ਬਿਲਕੁਲ ਤੇ ਇੰਨੀ ਦੇਰ ਦੀ ਦੁਕਾਨ ਪਈ ਕਦੀ ਨਹੀਂ ਵੇਖਿਆ ਕਸਟਮਰ ਉਹ ਜਨਾਬ ਇਹ ਦੁਕਾਨ ਬਿਲਕੁਲ ਨਹੀਂ ਚੱਲਦੀ ਤੁਹਾਡੀ ਦੁਨੀਆ ਤੇ ਤੂੰ ਵਾਹਤ ਬੰਦਾ ਹੈ ਜਿਹੜਾ ਸਿਰਫ ਵਿਲਾ ਹੈ ਸਾਡੀ ਦੁਕਾਨ ਇਹ ਨਹੀਂ ਕੋਈ ਫਿਰਿਆ ਹੀ ਨਹੀਂ ਹੈ ਨਾ ਮੈਂ ਇੰਨਾ ਫਰਾਇਆ ਕਿਸੇ ਨੂੰ ਸੌਦਾ ਫੇੜ ਤੋੜ ਕੇ ਲੈਣਾ ਚਾਹੀਦਾ ਇੱਕ ਜਗ੍ਹਾ ਤੇ ਖਲੋ ਕੇ ਬੇੜਾ ਕਰ ਕੋ ਜਾਂਦਾ ਬੰਦੇ ਜਦੋਂ ਤੂੰ ਕਰਨ ਤੁਰਿਆ ਤੇਰੇ ਇਲਮ ਚ ਹੈ ਸੀ ਤੂੰ ਕੀ ਲੈਣਾ ਹੈ ਉਹ ਤੈਨੂੰ ਚੀਜ਼ ਨਜ਼ਰ ਨਹੀਂ ਆਈ ਉਹ ਸਾਰਾ ਕੋਈ ਨਜ਼ਰ ਆਉਣ ਡਿਆ ਪੁੱਛਿਆ ਨਹੀਂ ਮੈਂ ਤੈਨੂੰ ਰੇਟ ਪੁੱਛਿਆ ਨਹੀਂ ਮੈਂ ਲੈਣ ਕੀ ਆਇਆ ਹੈ ਯਾਰ ਤੇ ਦੱਸਣਾ ਮੈਂ ਤੇਰੇ ਨਾਲ ਰੇਟ ਤੋਂ ਬਹਿਸ ਕੀਤੀ ਕਿਸੇ ਗੱਲ ਤੋਂ ਮੈਂ ਕੀਤੀ ਬਹਿਸ ਯਾਰ ਕਰੋ ਬੰਦਾ ਜ਼ੇਨ ਬਣਾ ਕੇ ਹੁੰਦਾ ਨਾ ਕੀ ਲੈਣਾ ਹੈ ਹਾਂ ਉਹ ਜ਼ੇਨ ਦੱਸ ਮੈਨੂੰ ਅੱਛਾ ਉਹ ਜ਼ੇਨ ਦੱਸ ਹਾਂ ਤੇ ਲਈ ਆਸਾਨੀ ਹੋਏਗੀ ਗੱਲ ਪਤਾ ਕੀ ਇਸ ਆਪਣਾ ਭਾਈ ਜੀ ਮੈਂਟਰ ਸਾਹਿਬ ਹਾਂ ਵਰਾਈਟੀ ਤੁਹਾਡੇ ਕੋਲ ਬਹੁਤ ਜ਼ਿਆਦਾ ਮੈਂ ਵੇਖ ਲਈ ਸਾਰੀ ਹਾਂਜੀ ਮਾਲਕਾਂ ਦੀ ਮੈਂ ਤੇ ਮਲਾਜ਼ਮ ਆ ਬੜੀ ਵਰਾਈਟੀ ਹੈ ਤੇ ਮੇਰੀ ਜਾਨ ਮੈਂ ਲੈਣਾ ਅਸਲ ਚ ਝਾੜੂ
ਕੀ ਲੈਣਾ ਤੁਸੀਂ? ਝਾੜੂ। ਮਕਾਨ ਨਵਾਂ ਲਿਆ ਨਾ ਜੀ? ਸਭ ਤੋਂ ਵੱਡੀ ਗਾਲ ਕਿਹਦੀ ਹੁੰਦੀ? ਨਹੀਂ ਮੈਂ ਕਦੀ ਕੱਢੀ ਨਹੀਂ ਭਾਈ। ਮੈਂ ਤੈਨੂੰ ਕੱਢਦਾ ਅੱਜ। ਕਿਉਂ? ਇੱਥੋਂ ਤੂੰ ਜਦੋਂ ਬਾਹਰ ਜਾਣਾ ਨਾ, ਆਹੋ ਸਟਾਰ ਜੀ ਜੋ ਗੱਡੀ ਖੜੀ ਕਰਕੇ ਤੂੰ ਵੜਿਆ ਨਾ, ਅੰਦਰ ਝਾੜੂ ਪਏ ਸੀ ਜ਼ਲੀਲ ਕਮੀਨਿਆ, ਝਾੜੂ ਪਏ ਸੀ। ਕੀ ਝਾੜੂ? ਬਦਤਮੀਜ਼ਾ, ਉਹ ਨਵਾਂ ਮਕਾਨ ਲੈ ਕੇ ਨਵੀਂ ਗੱਡੀ ਚ 50 ਲੱਖ ਦੀ ਗੱਡੀ ਤੋਂ ਉੱਤਰ ਕੇ ਤੇ ਝਾੜੂ ਲੈਣਾ ਆ ਤੇ ਨਵਾਂ ਸਮਾਨ ਲੈ ਕੇ ਪਹਿਲੇ ਸਫਾਈ ਨਾ ਕਰਾ ਘਰ ਦੀ? ਹੈ ਸਾਰਾ ਸਮਾਨ ਤੇ ਘੱਟਾ ਪਾ ਦੇ ਨਵੇਂ ਤੇ ਤੂੰ ਉੱਪਰ ਗਲਾਸ ਵੀ ਕਰਦੇ ਪਸੰਦ ਕੀਤੇ ਤੂੰ? ਹੈ ਡੈਕੋਰੇਸ਼ਨ ਕਰਦੇ ਪਸੰਦ? ਉਹ ਪੁੱਛਣ ਦੇ ਆਉਂ ਜੀ, ਪਹਿਲੇ ਮੈਂ ਝਾੜੂ ਫੇਰਨਾ, ਫੇਰ ਹੀ ਮੈਂ ਰੱਖਣਾ ਸਾਰਾ ਸਮਾਨ। ਘੋੜੇ ਹਾਥੀ ਤੂੰ ਮੂਲੀਆ ਖਾਨਦਾਨ ਚ ਉਹਨਾਂ ਦਾ ਪੁੱਛਣ ਦੇ ਆ ਤੇ ਝਾੜੂ ਨਾ ਫੇਰਾ ਪਹਿਲੇ ਘੱਟਾ ਪਾ ਦਵਾਂ ਨਵੇਂ ਤੇ। ਆ ਕਿਲਾ ਕਿੰਨੇ ਦਾ ਜੀ? ਮੈਨੂੰ ਕਿਲਾ ਦੇ ਦਿਓ ਜੀ, ਕਿਲੇ ਦੇ ਵਿੱਚ ਅੰਦਰ ਜਾਣਾ, ਕਿਲੇ ਦੇ ਵਿੱਚ ਅੰਦਰ ਪਿਓ ਨੂੰ ਲੈ ਕੇ ਜਾਣਾ। ਯਾਰ ਗੰਦੀ ਜਗ੍ਹਾ ਤੇ ਸਮਾਨ ਪਿਆ ਕੋ ਸੋਹਣਾ ਲੱਗਣਾ, ਮੈਨੂੰ ਸਿਰਫ ਇਹਨਾਂ ਦੱਸ ਦੇ। ਓਏ ਸਮਾਨ ਗੰਦੀ ਜਗ੍ਹਾ ਤੇ ਪਿਆ ਦੀ ਗੱਲ ਨਹੀਂ, ਸਮਾਨ ਕੀਮਤੀ ਏ, ਸਮਾਨ ਤੂੰ ਪਹਿਲੇ ਸਾਫ਼ ਕਰਕੇ ਰੱਖ ਲੈ, ਝਾੜੂ ਦੇ ਕੇ ਰੱਖਣਾ, ਥੱਲੇ ਰੱਖਣਾ ਸਮਾਨ ਤੇ ਝਾੜੂ ਨਾ ਫੇਰਾ ਪਹਿਲੇ ਦੱਸ ਮੈਂ। ਹੈਂ 200 ਰੁਪਏ ਦਾ ਝਾੜੂ ਏ, 800 ਰੁਪਏ ਦਾ ਮੇਰਾ ਟਾਈਮ ਜ਼ਾਇਆ ਕਰ ਦਿੱਤਾ, ਨਾ ਇਹਦੀ ਗੱਡੀ ਚ ਉੱਤਰਿਆ ਨਾ ਮੈਂ ਤੈਨੂੰ ਕੁਝ ਕਹਿ ਸਕਦਾ, ਆਪਣੀ ਕਿਸਮ ਨੂੰ ਨਾ ਫੋੜਦਾ ਪਿਆ, ਮੇਰੀ ਦਿਹਾੜੀ ਬੁਲਾ ਤੇ ਸਾਡੇ ਵੀ ਬੱਚੇ ਨੇ ਯਾਰ। ਤੇ ਝਾੜੂ ਨਾ ਮਾਰਾ, ਅੱਜ ਮੈਂ ਆਪਣੇ ਬੱਚਿਆਂ ਲਈ ਸਕੂਲੇ ਜਾਣਾ, ਕਿਤਾਬਾਂ ਲੈ ਕੇ ਜਾਣੀਆਂ ਸੀ, ਤੀਸਰਾ ਗਾ ਕੇ ਤੂੰ ਮੈਨੂੰ ਖਜਾਉਂਦੇ ਆ, 3 ਘੰਟੇ ਤੂੰ ਮੇਰੇ ਜ਼ਾਇਆ ਕੀਤੇ। ਚੱਲ ਉਹ ਕਿਸ ਮਜ਼ਬ ਨੂੰ ਮੰਨਣਾ ਤੂੰ ਓਏ? ਚੱਲ ਉਹ ਤੂੰ ਮੈਨੂੰ ਕਿਉਂ ਖਜਾਇਆ, ਮੈਂ ਤੇਰਾ ਕੀ ਦੇਣਾ ਸੀ? ਚੱਲ ਦੁਖੀ ਨਾ ਹੋ, ਮੈਂ ਝਾੜੂ 2 ਲੈ ਲੈਣਾ, ਕੋਈ ਗੱਲ ਨਹੀਂ, 400 ਰੁਪਏ ਦੀ ਦਿਹਾੜੀ ਹੋ ਜੇ, ਕੋਈ ਗੱਲ। ਮੈਂ ਦੂਜੇ ਬੰਦਿਆਂ ਨੂੰ ਛੱਡ ਕੇ ਆਇਆ ਕਿ ਬੰਦਾ ਗੱਡੀ ਚੋਂ ਨਿਕਲਿਆ, 50 ਲੱਖ ਦੀ ਗੱਡੀ ਚੋਂ ਨਿਕਲਿਆ, ਲਾਮਤੀ ਜਿਹੀ ਚੀਜ਼ਾਂ ਇੰਜ ਖਰੀਦਣ ਦਿਆ, ਜਿਸ ਤਰ੍ਹਾਂ ਕਿ ਇਹਨੇ ਨਵਾਂ ਘਰ ਬਣਾਉਣਾ, ਨਵਾਂ ਪਾਕਿਸਤਾਨ। ਝਾੜੂ ਨਾ ਲਵਾ, ਉਹਨੇ ਝਾੜੂ ਰਹਿਣ ਦਿਆ, ਝਾੜੂ ਨਾ ਮਾਰਾ, ਉਹਨੇ ਸਫਾਈ ਨਾ ਕਰਾਂ। ਮੇਰੀ ਗੱਲ ਸੁਣ, ਤੂੰ ਆਪਣੀ ਜਗ੍ਹਾ ਸੱਚਾ, ਮੈਂ ਮੰਨਦਾ, ਜੇ ਮੈਂ ਉੱਥੇ ਸਫਾਈ ਨਾ ਕਰਾਂ, ਜਿਹਨਾਂ ਦਾ ਘਰ ਆ ਉਹਨਾਂ ਨੇ ਮੈਨੂੰ ਕੱਢ ਦੇਣਾ, ਉਹ ਘਰ ਵੀ ਤੇਰਾ ਆਪਣਾ ਨਹੀਂ? ਨਹੀਂ ਨਹੀਂ ਨਹੀਂ, ਉਹ ਤੇਰੀ ਗੱਲ ਸੁਣ, ਨਿਕਲ ਨਿਕਲ ਨਿਕਲ, ਝਾੜੂ ਨਿਕਲ, ਗੱਲ ਤਾਂ ਸੁਣ, ਇਹ ਬੱਚਿਆ ਦਫਾ ਇੱਥੋਂ ਨਿਕਲ, ਉਹ ਨਿਕਲ ਤੇ ਉਹ ਜਿਵੇਂ ਸਾ ਲੈ ਲਿਆ ਜੀ, ਝਾੜੂ ਲੈ। ਉਹ ਮੈਨੂੰ ਤੂੰ ਇਹ ਗੱਲ ਦੱਸ, ਗੱਡੀ ਵੀ ਤੂੰ ਇੰਜ ਉਤਰਿਆ ਸੀ ਜਿਵੇਂ ਕੋਈ ਬਹੁਤ ਵੱਡਾ ਸੇਠ ਹੈ, ਗੱਡੀ ਕਿੱਥੋਂ ਲੈ ਲਈ ਤੂੰ? ਤੇ ਜਿਹੜੇ ਮਕਾਨ ਲੈ ਸਕਦੇ ਉਹ ਗੱਡੀ ਨਹੀਂ ਲੈ ਸਕਦੇ? ਓਏ ਮੇਰੀ ਗੱਲ, ਓਏ ਨਿਕਲ ਇੱਥੋਂ, ਨਿਕਲ ਇੱਥੋਂ, ਨਿਕਲ 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 ਇੱਥੋਂ ਨਿਕਲ। ਜੇ ਤੂੰ ਮੈਨੂੰ ਇੱਥੇ ਨਜ਼ਰ ਵੀ ਆ ਗਿਆ ਨਾ ਇਸ ਦੁਕਾਨ ਦੇ ਪੱਲੇ, ਇਹ ਝਾੜੂ ਪੁੱਤਰ ਤੈਨੂੰ ਨਹੀਂ ਦੇਵਾਂਗਾ, ਤੇਰੇ ਮੂੰਹ 'ਤੇ ਦੇਵਾਂਗਾ।